मैं तो दिशु भी नहीं दींदा, वो पिया सुत्ता लाया था, सुत्ता गर्मी ची सौ गया। चल मैं भी दोपहरे दोपहरे की कर दी, ये नाल ही पै जानी है, घंटा हो आराम कर लूंगी। कितने नींदा कली जिंद नूं राम लिखा हुंदा कर्मा च, पहली आ दिन कितों आउंदे मेरे ते। की कम करा मैं, चुन्नी पाटी पीसी मैं ही सियाउ लैनी आ, लियाउणी है मैं सूई धागा चक्क के। हाय मेरी मां, अज तेरी गल मेरे याद आ गई भी सच्ची एक सूई धागे बिना कुछ नहीं हैगी, क्योंकि जिवें एक सूई की कदर नहीं पैंदी ना धागे बिना, तो एक औरत की कदर भी मर्द बिना कदे भी नहीं पैंदी। हाय मेरी मां। चाची घरे हैं? हाँ हाँ सुखे भाई, नंगे अंदर आ जा। चाची कित्थे गई है? चाची तो कुड़ी को गई है सुखे, होर तू दस किवें आने हुए? मैं तो जमीन के ठेके बारे आया जी। अच्छा अच्छा कोई गल नहीं, जमीन असी तेरे होंदे कादी फिकर करनी है, जिथे तीन साल हो गए अगे तेनू ठेके ते दिने आ, इस साल भी भाई तू ही रख ली। ठीक है भाभी। हाँ ते नाले साड़ी एक मंग तो हैगी है सुखे, तेनू पता ही आ फसल वेले सानू फसल सिट जा करो, ते आ कख तो सानू रोज ही लिया के दे आपां करनगे फिर पशुआं नू, है ना? ओ ठीक है, पर जे अगे भी सिट के जाने आ। बेचारे कोले जमीन ही है नहीं, नहीं सारियां गल्लां पूरियां, किन्ना साऊ आ। बस जट्टां नूं तां जमीन दे सिर ते रिश्ते हुंदे आ, बेचारे नूं रिश्ता हो जाए तां बाली चंगी गल आ। चाची घरे हैं? हाँ पुत, गा आ जा। बस चाची कख वट गया छोटे, चाह पी जांदा पुत आ जा। धन्यवाद चाची, मैं मैनूं बहुत काम है। चल ठीक है पुत। जी हुंदी आ ओ अंग्रेजां ने एवें तां नहीं बनाईयां इह चीजां। होर दिखावांगे थोनूं सवाद, चक्कू लओ नज़ारे। ओ नज़ारे तां ओ लैंदा, ओ सुखा हुंदा है। किवें ओ नज़ारे तां इह लैंदा है? किवें दस्सदा सी भरजाई के ठेका नहीं लैंदा जमीन दा? अच्छा सारे नज़ारे दा ही लैंदा है। सदना कंजर नूं अज देखिए, हद लैने पटो लैने नूं पुछ लैं की गल है। ओ किवें सुखिया? ठीक है ठीक है, आ जा फिर। आ गया। और भाई किवें है? ओ किवें सुखिया? ठीक है होर सुखे वधिया भाई, मैं तां कल आया सी। होर सुना के तू सुना भरजाई दे की हाल है? केड़ी भरजाई दे? ਉਹੀ ਜਿਹਦੀ ਜ਼ਮੀਨ ਠੇਕੇ ਤੇ ਲੈਣਾ ਹੈ। ਉਹ ਸ਼ਰੀਫ ਹੀ ਵਾਲੀ ਹੈ। ਬੜਾ ਅਣਜਾਣ ਨਾ ਬਣਿਆਗਾ ਸੁੱਖਿਆ? ਨਹੀਂ ਪਿੰਡ 'ਚ ਐਵੇਂ ਨਹੀਂ ਗੱਲਾਂ ਹੁੰਦੀਆਂ ਤੇਰੀਆਂ, ਸੁੱਖਾ ਸੁੱਖਾ ਹੁੰਦੀ ਹੈ। ਉਹ ਨਹੀਂ ਨਹੀਂ ਬਹਿ ਦੱਸਦਾ ਬਾਈ ਇਹਨੂੰ। ਮੈਂ ਤਾਂ ਭਰਾਵਾ ਕੱਲ੍ਹ ਦਾ ਆਇਆ, ਤੇਰੀ ਗੱਲ ਹੀ ਚੱਲੀ ਜਾਂਦੀ ਹੈ। ਕਿਵੇਂ ਕਹਿੰਦੇ ਟੀ ਸੀ ਵਾਲਾ ਵੇਰ ਲਾ ਲਿਆ ਸੁੱਖੇ ਨੇ? ਯਾਰ ਲੋਕਾਂ ਕੀ ਹੈ ਗੱਲਾਂ ਬਣਾਉਣੀਆਂ ਇਹਨਾਂ ਨੂੰ, ਤਾਂ ਯਾਰ ਦੁਨੀਆ ਅੱਧਾ ਰੱਬ ਹੁੰਦੀ ਹੈ। ਇਹਨੂੰ ਪੈਗ ਪਾ, ਪੈਗ ਲਾ ਸੁੱਖਿਆ, ਪੈਗ ਲਾ। ਮੈਂ ਨਹੀਂ ਪੀਂਦਾ ਯਾਰ, ਉਹ ਪੀ ਲੈ। ਵਧੀਆ ਨਹੀਂ ਲੱਗਦੀ ਬਾਈ? ਨਹੀਂ ਮੈਂ ਇਹ ਤਾਂ ਉਹਦੇ ਨਾਣਾ ਚੋਂ ਪੀਂਦਾ, ਇਹਨੂੰ ਇਹ ਵਧੀਆ ਕਿੱਥੇ ਲੱਗਦੀ ਹੈ? ਇਹ ਵੀ ਪੀ ਕੇ ਦੇਖ, ਨੈਣਾ ਵਾਲੀ ਤਾਂ ਫਿਰ ਸਵਾਦ ਆਊ, ਫਿਰ ਸਵਾਦ ਦੇਖੀ। ਪੀ ਲੈਣਾ ਯਾਰ, ਪੀ ਕੇ ਦੇਖ, ਲਾ ਕੇ ਦੇਖ ਯਾਰ। ਹਾਂ ਚੱਕ 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 ਗਲਾਸ, ਚੱਕ ਚੱਕ ਦੇਖ, ਅਸੀਂ ਤੇਰੇ ਯਾਰ ਯਾਰ ਹੈਗੇ ਹੈ। ਹਾਂ ਤੁਸੀਂ ਮੇਰੇ ਯਾਰ, ਫਿਰ ਸਾਨੂੰ ਸਹੀ ਗੱਲ ਦਾ ਤੇ ਬਾਈ ਬਣ ਕੇ ਅੱਜ ਸਾਰੀ ਦੱਸਦੇ ਗੱਲ, ਅੱਜ ਸਾਰੀ ਗੱਲ ਦੱਸਦੇ ਸੁੱਖਾ ਸਾਰੀ। ਚੋਣਾ ਤਾਂ ਮੈਂ ਵੀ ਆਉਣੂ ਬਾਲਾ, ਪਰ ਮੈਨੂੰ ਡਰ ਬਾਲਾ ਲੱਗਦਾ ਲੋਕ ਕੀ ਕਹਿਣਗੇ। ਉਹ ਮਰਦ ਆ ਤੂੰ, ਮਰਦ ਵਾਲੀ ਗੱਲ ਕਰਿਆ ਕਰ, ਲੋਕਾਂ ਦੀ ਟੈਨਸ਼ਨ ਨਾ ਲਿਆ ਕਰ ਬਾਈ। ਮੈਂ ਵੀ ਪਰਸੋਂ, ਮੈਨੂੰ ਉਹਨੂੰ ਲੋੜ ਹੈ, ਇਹ ਤਾਂ ਮੈਂ ਵੀ ਮੈਨੂੰ ਵੀ ਪਤਾ। ਫਿਰ ਪਤਾ ਮਰਦਾ ਕਿਉਂ ਨਹੀਂ? ਲਾਜ ਮਰਦੇ ਨੂੰ ਅੱਕ ਚੱਪਣਾ। ਲੈ ਬਾਈ ਮੈਂ ਜਾਣਾ, ਖਾਲੀ ਨਾ ਮੁੜੀ ਬੰਦਾ ਨਹੀਂ ਹੋਏਗਾ। ਖਾਲੀ ਨਾ ਮੁੜੀ, ਖਾਲੀ ਨਾ ਮੁੜੀ। ਲੈ ਬਾਈ ਇਹਦਾ ਗਿਆ ਹੁਣ, ਇਹਦਾ ਗਿਆ ਕੰਮ।
ਕੰਜਰ ਦੇ ਤੇਰੀ ਉਂਗਲ ਵੀ ਵਾਲੀ ਪੈੜੀ ਆ ਗਗਨ ਤੂੰ ਕੀ ਸੋਚਦੀ ਆ ਮੈਂ ਕੁਛ ਨਹੀਂ ਸੋਚਦੀ ਕੌਣ ਆ ਮੈਂ ਇੱਕ ਸੂਈ ਬੋਲਦੀ ਆ ਜਿਹੜੀ ਕਿ ਧਾਗੇ ਬਿਨਾ ਅਧੂਰੀ ਆ ਸੂਈ ਧਾਗੇ ਬਿਨਾ ਜਿਵੇਂ ਰੰਡੀ ਆ ਨਾ ਗਗਨ ਤੂੰ ਇੱਕ ਮਰਦ ਬਿਨਾ ਅਧੂਰੀ ਆ ਕੀ ਤੂੰ ਸਿੱਖੇ ਬਾਰੇ ਸੋਚ ਨਹੀਂ ਰਹੀ ਫਿਰ ਤੂੰ ਵਾਰ ਵਾਰ ਸੁੱਖੇ ਦੀ ਡੀਕ ਕਾਹਤੋਂ ਕਰਦੀ ਆ ਕਿਉਂ ਉਹਨੂੰ ਦੇਖਦੀ ਆ ਕਿਉਂ ਤੇਰੇ ਮਨ 'ਚ ਸੁੱਖੇ ਲਈ ਕੁਛ ਹੁੰਦਾ ਮੰਨ ਜਾ ਤੂੰ ਤੂੰ ਸੁੱਖੇ ਬਾਰੇ ਸੋਚਦੀ ਆ ਨਹੀਂ ਹਾਂ ਭੈਣੇ ਕੌਣ ਆ ਨੰਗੇ ਕਰੀ ਆ ਕੀ ਕਰੀ ਨਹੀਂ ਕੁਛ ਨਹੀਂ ਭੈਣੇ ਮੈਂ ਤਾਂ ਘੁੱਟ ਕੇ ਚਾਹ ਕਰਦੀ ਸੀਗੀ ਹੋਰ ਕਿਵੇਂ ਆਉਣੇ ਹੋਏ ਮੈਂ ਤਾਂ ਗਾਂ ਜਾਂਦੀ ਸੀ ਮੈਂ ਚੱਲ ਗਗਨ ਕੋਲ ਹੀ ਸੁੱਖ ਲਾਵੇ ਚੱਲ ਵਧੀਆ ਕੀਤਾ ਭੈਣੇ ਆ ਗਈ ਤੂੰ ਹੋਰ ਸੁਣਾ ਬਸ ਠੀਕ ਆ ਤੇ ਮੈਂ ਸੁਣਿਆ ਤੁਹਾਡੇ ਪਿੰਡ 'ਚ ਪੜਨਾ ਗੱਲਾਂ ਹੋਈਆਂ ਤੇਰੇ ਬਾਰੇ ਤੇ ਮਾੜਾ ਮੋਟਾ ਸੁੱਖੇ ਨੂੰ ਪਾਸਾ ਵੱਟਣਾ ਸੁੱਖੇ ਨੂੰ ਨਾ ਭੈਣੇ ਇਹ ਜੀ ਤਾਂ ਕੋਈ ਗੱਲ ਨਹੀਂ ਨਾ ਹੀ ਮੈਂ ਕਦੇ ਸੁਣਿਆ ਤੇ ਨਾਲੇ ਮੈਂ ਬਾਹਰ ਅੰਦਰ ਵੱਧ ਘੱਟ ਹੀ ਜਾਂਦੀ ਹਾਂ ਬੇਬੀ ਜਾਂਦੀ ਹੈ ਸਾਡੀ ਤਾਂ ਹਾਂ ਫਿਰ ਅਸੀਂ ਤਾਂ ਤੁਰੇ ਫਿਰਦੇ ਹਾਂ ਬਾਹਰ ਸੁਣਦੇ ਹਾਂ ਗੱਲਾਂ ਬਾਤਾਂ ਕਰੀ ਜਾਂਦੇ ਤੇਰੇ ਬਾਰੇ ਭੈਣੇ ਲੋਕਾਂ ਦਾ ਕੰਮ ਹੁੰਦਾ ਭੌਂਕਣਾ ਹੋਰ ਤਾਂ ਕੋਈ ਕੰਮ ਨਹੀਂ ਲੋਕਾਂ ਕੋਲ ਚੁਗਲੀਆਂ ਤੋਂ ਬਿਨਾਂ ਹਨਾ ਮੇਰਾ ਨਿੱਕਾ ਜਿਹਾ ਜਵਾਕ ਆ ਜੇ ਮੈਂ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਦਾ ਉਹ ਕਰਨ ਲੱਗ ਗਈ ਫਿਰ ਮੇਰੇ ਤਾਂ ਪਹਾੜ ਜਿੰਦੀ ਜ਼ਿੰਦਗੀ ਨੰਗੀ ਪਈ ਆ ਕਿਤੇ ਮੈਂ ਤਾਂ ਕਿਸੇ ਦੀ ਨਹੀਂ ਸੁਣਦੀ ਮੈਂ ਤਾਂ ਇੱਧਰ ਦੀ ਸੁਣ ਕੇ ਭੈਣੇ ਇੱਧਰ ਕੱਢ ਦਿੰਦੀ ਹਾਂ ਮੈਂ ਤੈਨੂੰ ਸਮਝਾਉਣ ਨਹੀਂ ਆਈ ਹਾਂ ਮੈਂ ਕਿਹੜਾ ਤੈਨੂੰ ਕੁਮਾੜੀ ਗੱਲ ਤੂੰ ਚੱਲ ਤੇਰੀ ਮਰਜ਼ੀ ਆ ਤੂੰ ਮੈਨੂੰ ਕਿਉਂ ਸਮਝਾਉਣ ਆਈ ਆ ਤੂੰ ਤਾਂ ਸਾਰੇ ਪਿੰਡ ਦੀ ਚੁਗਲਖੋਰ ਆ ਹਾਂ ਕੋਈ ਬਿੜਕੀ ਲੈਣ ਆਈ ਹੋਊਗੀ ਚੱਲ ਮੈਂ ਕੀ ਲੈਣਾ ਮੈਂ ਟੈਨਸ਼ਨ ਲੈਤੀ ਆ ਚਾਹ ਕਰ ਘੁੱਟ ਆ ਭਾਬੀ ਨਹੀਂ ਆਉਂਦੀ ਭਾਬੀ ਰੁਕੀ ਇੱਕ ਗੱਲ ਕਰਨੀ ਤੇਰੇ ਨਾਲ ਹਾਂ ਸੁੱਖੇ ਦੱਸ ਕੀ ਗੱਲ ਕਰਨੀ ਆਪਾਂ ਬਾਰੇ ਲੋਕ ਬਾਹਲਾ ਮਾੜਾ ਸੋਚਦੇ ਆ ਹਾਂ ਸੁੱਖੇ ਮੈਂ ਵੀ ਤੇਰੇ ਨਾਲ ਇਹੀ ਗੱਲ ਕਰਨੀ ਸੀ ਵੀ ਲੋਕਾਂ ਦੇ ਤਾਂ ਦੋਨੇ ਪਾਸੇ ਮੂੰਹ ਆ ਦਾਤੀ ਦੇ ਤਾਂ ਇੱਕ ਪਾਸੇ ਆ ਇਹ ਤਾਂ ਹੈਗਾ ਮੈਂ ਠੱਲ ਤੇ ਆਇਆ ਸੀ ਮੇਰੇ ਯਾਰ ਦੋਸਤ ਬੈਠੇ ਦਾਰੂ ਪੀ ਜਾਂਦੇ ਸੀ ਅੱਛਾ ਆਪਾਂ ਦੋਨਾਂ ਬਾਰੇ ਬਾਹਲਾ ਗਲਤ ਸੋਚਦੇ ਆ ਏ ਰੱਬਾ ਓਏ ਮੈਂ ਤਾਂ ਕੀ ਸੋਚਦਾ ਵਿਚਾਰੀ ਦਾ ਟਾਈਮ ਪਾਸ ਹੋਈ ਜਾਂਦਾ ਮੈਨੂੰ ਕਹਿੰਦਾ ਦਾਰੂ ਪੀ ਮੈਂ ਨਹੀਂ ਪੀਂਦਾ ਦਾਰੂ ਉਹਦਾ ਟਾਇਟ ਸੀ ਦਾਰੂ ਨਾਲ ਉਂਗਲਾਂ ਲਾਈ ਜਾਂਦੇ ਮੈਨੂੰ ਜਾਣ ਕੇ ਤੂੰ ਆਹ ਗਲਤ ਕੰਮ ਕਰ ਜਾ ਕੇ ਉਹਦੇ ਨਾਲ ਮੈਂ ਤਾਂ ਉਹਨਾਂ ਭੁਲੇਖੇ ਨਾਲ ਜਾਣ ਕੇ ਪਾਣੀ ਪੀ ਕੇ ਇੱਕ ਵਾਰੀ ਆ ਗਿਆ ਮੈਂ ਤੈਨੂੰ ਦੱਸਣ ਆਇਆ ਪਰ ਜਾਈ ਇਦੋਂ ਬਾਅਦ ਮੈਂ ਤੇਰੀ ਜ਼ਮੀਨ ਨਹੀਂ ਲੈਂਦਾ ਠੇਕੇ 'ਤੇ ਚੱਲ ਸੁੱਖੇ ਵਧੀਆ ਹੋਇਆ ਤੂੰ ਆਪੇ ਆਪਦੇ ਮੂੰਹ ਨਾਲ ਗੱਲ ਕਹਿਤੀ ਮੈਂ ਵੀ ਤੈਨੂੰ ਇਹੀ ਗੱਲ ਕਹਿਣ ਲੱਗੀ ਸੀ ਵੀ ਐਤਕੀ ਜ਼ਮੀਨ ਅਸੀਂ ਤੈਨੂੰ ਨਹੀਂ ਦਿੰਦੇ ਕਿਉਂਕਿ ਸਾਰੀਆਂ ਬੁੜੀਆਂ ਆਂਢਣਾ ਗੁਆਂਢਣਾ ਪਿੰਡ ਦੀਆਂ ਇਹੀ ਗੱਲਾਂ ਕਰਦੀਆਂ ਵੀ ਤੂੰ ਸੁੱਖੇ ਨਾ ਮਾੜੀ ਆ ਤੂੰ ਸੁੱਖੇ ਨਾ ਮਾੜੀ ਆ ਤੈਨੂੰ ਵੀ ਪਤਾ ਭਰਾਵਾ ਵੀ ਮੈਂ ਤੈਨੂੰ ਕਿਵੇਂ ਕਹਿ ਸਕਦੀ ਹਾਂ ਮੇਰਾ ਗਰੀਬ ਦਾ ਟਾਈਮ ਪਾਸ ਹੋ ਜਾਂਦਾ ਜੀ ਜਿਵੇਂ ਟੇਕੇ ਨਾਲੇ ਤੁਹਾਡਾ ਟਾਈਮ ਪਾਸ ਹੋ ਜਾਂਦਾ ਜੀ ਟਾਈਮ ਪਾਸ ਕਰਨ ਨਹੀਂ ਦਿੰਦੇ ਇਹ ਲੋਕ ਕੀ ਕੀਤਾ ਜਾਵੇ ਚੱਲ ਕੋਈ ਗੱਲ ਨਹੀਂ ਉਹ ਜਾਣੇ ਭਾਈ ਵਕਤ ਪਿਆ ਉਹ ਤਾਂ ਕੱਢਣਾ ਹੀ ਪਊਗਾ ਐਤਕੀ ਫਿਰ ਅਸੀਂ ਜ਼ਮੀਨ ਅਸੀਂ ਸੋਚਿਆ ਸੀਗਾ ਵੀ ਜੀਤੇ ਨੂੰ ਦੇ ਦਾਂਗੇ ਨਾਲੇ ਉਹ ਜਵਾਕਾਂ ਚੱਲੇ ਵਾਲਾ ਨਹੀਂ ਲੋਕਾਂ ਦਾ ਮੂੰਹ ਬੰਦ ਹੋ ਜੂ ਇਹ ਤਾਂ ਹੈਗਾ ਪਰਜਾਈ ਤੁਹਾਡੀ ਜ਼ਮੀਨ ਆ ਕਿਵੇਂ ਮਰਜ਼ੀ ਕਰ ਲਿਓ ਚੱਲ ਠੀਕ ਆ ਭਾਈ ਕੋਈ ਗੱਲ ਨਹੀਂ ਹੌਸਲਾ ਰੱਖ ਹੋ ਜਾਣੇ ਲੋਕ ਤਾਂ ਕਹਿੰਦੇ ਹੁੰਦੇ ਮੈਂ ਵੀ ਗੁਰਦੁਆਰੇ ਜਾਂਦੀ ਸੀ ਚੱਲ ਠੀਕ ਹੋਰ ਭਰਜਾਈ ਦੇ ਕੀ ਹਾਲ ਹੈ ਠੀਕ ਆ ਵਧੀਆ ਗਰਮੀ ਲੋ ਤਾਂ ਕੱਖ ਵੱਢ ਕੇ ਆਇਆ ਸਿੱਟਿਆ ਹੈ ਹਰਾ ਹਾਂ ਚੱਲ ਬਸ ਠੀਕ ਹੈ ਬਾਈ ਫਿਰ ਜੇ ਹਰਾ ਸਿੱਟ ਭਰਜਾਈ ਪਾਣੀ ਦਾ ਪਿਆ ਦੇ ਉੱਤੇ ਦਾ ਖਾੜੇ ਇੱਥੇ ਪਾਣੀ ਲੈ ਕੇ ਆਉਣੀ ਹੈ ਮੈਂ ਆ ਗਿਆ ਚੋਰਾ ਜਵਾਕਾਂ ਜਲਿਆ ਵਾਲਾ ਹੈਗਾ ਹੋਰ ਆ ਸ਼ਰਮ ਨਹੀਂ ਮੰਨਦਾ ਪਾਣੀ ਪਿਆ ਦੇ ਕਰ ਦਫਾ ਇਹਨੂੰ ਪਾਣੀ ਪਿਆ ਆ ਲਓ ਵੀਰ ਜੀ ਪੀ ਲਓ ਪਾਣੀ ਪਾਣੀ ਪੀ ਕੇ ਜਾਓ ਤੁਸੀਂ ਜਾਣੋ ਤਾਂ ਭਰਜਾਈ ਗੋਲੀ ਮਾਰ ਕਦੇ ਤਾਂ ਜੀਤੇ ਦੀ ਜਾੜ ਥੱਲੇ ਆਏਗੀ ਸੁੱਖਾ ਨਾ ਸਮਝ ਲਈ ਪੁੱਤ ਗਗਨ ਕੰਮ ਕੁੰਮ ਨਵੇੜ ਲਾ ਧਿਆਨ ਰੱਖੀ ਘਰ ਦਾ ਮੈਂ ਦਵਾਈ ਲਿਆਵਾਂ ਚੰਗਾ
क्योंकि मैं भी ऐसी सुई वांग ही हाँ। पता नहीं लोग मेरे बारे की सोचते हैं, पर मैं फिर भी रहना पैदा ते मेरी इस धागे नाल जिम्मे सुई की कदर हो जाती है, तो मेरे मर्द ना मेरी भी कदर से टाइम टाइम दिया गल्ला मां उदो मैं तेरी गल समझ नहीं सकी, मैं तेरी गल ते हसदी रही कि कोई सुई भी धागे बिना रंडी होंदी आ। हाँ जी दोस्तों, साड़ी वीडियो किवें लगी लाइक शेयर ते कमेंट करके जरूर दस्यो ते साडे चैनल नू सबसक्राइब करो। धन्यवाद 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 दोस्तों।